ਪਾਰੀ ਸੁਰੱਖਿਆ ਪ੍ਰਬੰਧਾਂ ਹੇਠ ਜਲੰਧਰ ਦੇ ਪਿੰਡ ਕਾਲਵਾ ਚ ਗੈਂਗਸਟਰ ਸੁਖਾ ਕਾਲਵਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਲੰਧਰ ਕਰਤਾਰਪੁਰ ਰੋਡ ਤੇ ਪਿੰਡ ਕਾਲਵਾ ਨੂੰ ਜਾਣ ਵਾਲੇ ਸਾਰੇ ਰਸਤਿਆਂ ਤੇ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਜੋ ਲੋਕ ਵੱਡੀ ਗਿਣਤੀ ਤੇ ਸਰਕਾਰ ਤਾਂ ਜੋ ਲੋਕ ਵੱਡੀ ਗਿਣਤੀ ਜਿਸ ਸੰਸਕਾਰ ਚ ਸ਼ਾਮਲ ਨਾ ਹੋ ਸਕਣ ਇਸ ਦੇ باوجود ਵੀ ਵੱਡੀ ਗਿਣਤੀ ਵਿੱਚ ਲੋਕ ਸੁਖਾ ਕਾਲਵਾ ਦੇ ਸਸਕਾਰ ਵਿੱਚ ਸ਼ਾਮਲ ਹੋਏ ਸੁਖਾ ਕਾਲਵਾ ਦਾ ਪਿਛੋਕੜ ਅਪਰਾਧਿਕ ਜਗਤ ਨਾਲ ਜੁੜਿਆ ਹੋਇਆ ਸੀ ਪਰ ਪਿੰਡਾਂ ਦੇ ਲੋਕ ਉਸ ਨੂੰ ਇੱਕ ਹੀਰੋ ਵਜੋਂ ਦੇਖ ਰਹੇ ਸਨ ਲੋਕਾਂ ਦਾ ਮੰਨਣਾ ਸੀ ਕਿ ਸੁਖਾ ਨੇ ਕਦੇ ਵੀ ਕਿਸੇ ਦੀ ਔਰਤ ਵੱਲ ਮਾੜੀ ਨਜ਼ਰ ਨਾਲ ਨਹੀਂ ਦੇਖਿਆ ਸੀ ਸਗੋਂ ਓਪਿੰਡ ਦੇ ਮੁੰਡਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਉਹਨਾਂ ਨੂੰ ਸਮਝਾਉਂਦਾ ਰਹਿੰਦਾ ਸੀ ਸੁਖਾ ਦੀ ce tău uzde, pita... सुदर्शन सिंह ਨੇ ਅਲਮੀ ਦਿੱਤੀ ਉਸ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਪੁਲਿਸ ਨੇ ਸੁਖੇ ਨੂੰ ਮਰਵਾਉਣ ਲਈ 3 ਕਰੋੜ ਦੀ ਸੁਪਾਰੀ ਲਈ ਹੈ ਉਹਨਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਉਹਨਾਂ ਇੱਕ ਵਾਰ ਫਿਰ ਇਸ ਮਾਮਲੇ ਦੇ ਚਸ਼ਮਦੀਦ ਗਵਾਹਾ ਗੁਰਪ੍ਰਤਾਪ ਸਿੰਘ ਰਾਣਾ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਹੈ ਜ਼ਿਕਰਯੋਗ ਹੈ ਕਿ 21 ਜਨਵਰੀ ਨੂੰ ਸੁਖਾ ਨੂੰ ਪੁਲਿਸ ਜਦੋਂ ਜਲੰਧਰ ਦੀ ਅਦਾਲਤ ਚੋਂ ਪੇਸ਼ੀ ਪੂਗਤ ਕੇ ਵਾਪਸ ਨਾਬਾ ਜੇਲ੍ਹ ਲੈ ਜਾ ਰਹੀ ਸੀ ਤਾਂ ਫਗਵਾੜਾ ਲੰਗ ਦੇ ਨੈਸ਼ਨਲ ਹਾਈਵੇ ਤੇ ਕਥਿਤ ਗਾਰਡਰ ਗੈਂਗਸਟਰ ਨੇ ਫਿਲਮੀ ਅੰਦਾਜ਼ ਚ ਉਸ